केजरीवाल हुणी कहिंदे जी साडा नहीं कोई लैणा देना, हरियाणा च कहिंदे साडा नहीं लैणा देना, पंजाब च कहिंदे साडा नहीं लैणा देना, सलूट सारे तिरंगे नूं करदे ने। सारी
ਜਦੋਂ ਤੱਕ ਇਸ ਜਿਹੜਾ ਜਿਹੜਾ ਇਹ ਪਿੰਜਰਾ ਹੈ ਜਿਹੜਾ ਇੰਡੀਅਨ ਸਟੇਟ ਦਾ ਜਦੋਂ ਤੱਕ ਸੁਣਦਾ ਨਹੀਂ ਹੈ ਤੇ ਕਿਸੇ ਨੂੰ ਆਜ਼ਾਦੀ ਨਹੀਂ ਮਿਲਣੀ। ਫਿਰ ਇਹਦੇ ਤੋਂ ਇਹ ਸਾਬਤ ਹੋ ਜਾਂਦਾ ਕਿ ਕੇਜਰੀਵਾਲ ਐਂਡ ਕੰਪਨੀ ਜਿਹੜੀ ਹੁਣ ਨਵਾਂ ਇੱਕ ਬਿਮਾਰੀ ਲੈ ਕੇ ਆਈ ਹੈ ਵੀ ਪਤਾ ਨੀ ਅਸੀਂ ਸਾਰਾ ਕੁਛ ਠੀਕ ਕਰ ਦਿਆਂਗੇ, ਇਹ ਸਾਰਾ ਕੁਛ ਝੂਠ ਹੈ। ਇਹਨਾਂ ਨੂੰ ਸੱਚ ਦੱਸਣਾ ਚਾਹੀਦਾ ਕਿ ਕਿਤੇ ਕਿਸੇ ਦੇ ਕੋਈ ਅੰਡਰ ਨਹੀਂ, ਇਹ ਦੇਸ਼ ਹੈ ਜਿਹੜਾ ਏਜੰਸੀਆਂ ਚਲਾ ਰਹੀਆਂ, ਏਜੰਸੀਆਂ ਰਨ ਕਰਦੀਆਂ ਔਰ ਏਜੰਸੀਆਂ ਦੇ ਰਾਹੀਂ ਇਹ ਕੁਛ। ਹਿੰਦੂ ਦੇਖੋ ਇੱਥੇ ਦੀ ਜਿਹੜੀਆਂ ਮੇਨ ਜਿੰਨੀਆਂ ਵੀ ਇੰਗਲੈਂਡ ਦੀਆਂ ਨਿਊਜ਼ ਪੇਪਰ ਨੇ ਉਹਨਾਂ ਨੇ ਤੇ ਸਾਫ ਲਿਖਿਆ ਕਿ ਉੱਥੇ ਹਿੰਦੂ ਤਾਲਿਬਾਨ ਦਾ ਰਾਜ ਚੱਲਣ ਡਿਆ। ਬਿਲਕੁਲ ਜੀ, ਉਹ ਤਾਂ ਹੁਣ ਆਪਾਂ ਦੇਖ ਹੀ ਰਹੇ ਹਾਂ ਕਿਸ ਤਰ੍ਹਾਂ ਅਟੈਕ ਹੋ ਰਿਹਾ ਕਿਵੇਂ। ਔਰ ਕੱਲ ਮੈਂ ਹੋਰ ਦਰਜਾ ਵਾ, ਕਿਉਂਕਿ ਆਪਾਂ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਵੀ ਇੱਧਰ ਉੱਧਰ ਵੀ ਕਈ ਵਾਰੀ ਸੁਣਦੇ ਆ ਜਾਂ ਵੇਖਦੇ ਆ, ਬਹੁਤੇ ਲੋਕ ਇਹ ਕਹਿੰਦੇ ਆ ਕਿ ਦੇਖੋ ਜੀ ਖਾਲਸੇ ਬਣ ਜਾਓ ਤੇ ਖਾਲਿਸਤਾਨ ਆਪੇ ਬਣ ਜਾਊਗਾ। ਬਹੁਤੇ ਲੋਕ ਕਹਿੰਦੇ ਜੀ ਅਸੀਂ ਬਾਣੀ ਤੋਂ ਬੜੇ ਦੂਰ ਹੈ, ਬਾਣੀ ਨੀ ਪੜ੍ਹਦੇ ਸਾਨੂੰ। ਦੇਖੋ ਖਾਲਸੇ ਬਣਨਾ ਚਾਹੀਦਾ, ਸਿੱਖ ਸਜਣਾ ਚਾਹੀਦਾ, ਭਾਜੀ ਔਰ ਬਾਣੀ ਵੀ ਸਾਨੂੰ ਪੜ੍ਹਨੀ ਚਾਹੀਦੀ ਹੈ। ਮੈਂ ਭਾਜੀ ਗੱਲ ਤੁਹਾਨੂੰ ਦੱਸਦਾ, ਗੁਰਮਤ ਤੇ ਇਹ ਕਹਿੰਦੀ ਹੈ ਵੀ ਜਿਸੀ ਕੀ ਸਰਕਾਰ ਤਿਸੀ ਕਾ ਸਭ ਕੁਛ, ਠੀਕ ਹੈ ਜੀ। ਜਿੰਨਾ ਚੱਕ ਤੁਹਾਡੀ ਸਰਕਾਰ ਨੀ ਹੈ ਉਹਨਾਂ ਚੱਕ ਤੇ ਤੁਹਾਡਾ ਧਰਮ ਹੀ ਨੀ ਹੈ, ਇਹ ਤੇ ਗੁਰਮਤ ਦਾ ਫਰਮਾਨ ਹੈ। ਇਹ ਲੋਕ ਤੇ ਐਵੇਂ ਮਾਰੀ ਜਾਂਦੇ ਨੇ। ਦੇਖੋ ਮੈਂ ਬਾਈ ਜੀ ਉਹੀ ਗੱਲ ਕਰਕੇ ਲੈਣ ਲੱਗਾ, ਕਿਉਂਕਿ ਬਹੁਤੇ ਲੋਕ ਥੋੜੇ ਜਿਹੇ ਤੂੰ ਵੀ ਉੱਪਰਲੀ ਕਹਿੰਦੇ ਹੋ, ਕਹਿੰਦੇ ਸਾਨੂੰ ਖਾਲਿਸਤਾਨ ਦੀ ਲੋੜ ਨਹੀਂ ਹੈ, ਖਾਲਸੇ ਬਣ ਜਾਓ। ਹੁਣ ਮੈਂ ਗੱਲ ਲੈ ਕੇ ਆਉਣ ਲੱਗਾ ਜਿਹੜੀ ਪਿੱਛੇ ਜੇ ਘਟਨਾ ਪੰਜਾਬ ਵਿੱਚ ਨਵਾਂ ਸ਼ਹਿਰ ਚ ਵਾਪਰੀ ਹੈ, ਜਿਸ ਦਿਨ ਇੱਕ ਹਿੰਦੂ ਅੱਤਵਾਦੀ ਜਿਹੜਾ ਇੱਕ ਬੜਾ ਕਰੈਕਟਰਲੈਸ ਬੰਦਾ ਸੀ ਜਿਹੜਾ ਕਿ ਸ਼ਰਾਬੀ ਵੀ ਸੀਗਾ ਮੇਰਾ ਖਿਆਲ ਹੈ, ਉਸ ਐਕਸੀਡੈਂਟ ਮੰਚ ਮਾਰਿਆ ਗਿਆ। ਕਿਉਂਕਿ ਪੰਜਾਬ ਵਿੱਚ ਹਰ ਰੋਜ਼ 15-20 ਬੰਦੇ ਐਕਸੀਡੈਂਟ ਚ ਮਾਰੇ ਗਏ ਔਰ ਇਹ ਮਾਰਿਆ ਗਿਆ। ਦੇਖੋ ਗੱਲ ਇੱਕ ਹੋਰ ਹੈ, ਆਪਣੇ ਬੰਦੇ ਹੁਣ ਸ਼ਿਵ ਸੈਨਾ ਆਪ ਮਾਰੀ ਜਾਂਦੀ ਹੈ, ਇਹ ਇੱਕ ਅਸਲੀਅਤ ਹੈ ਉੱਥੇ ਦੀ। ਹਾਂਜੀ ਬਿਲਕੁਲ, ਪਰ ਮੇਰਾ ਕਹਿਣ ਦਾ ਮਤਲਬ ਕਿ ਉਸ ਦਿਨ ਕਿਵੇਂ ਉਹਨਾਂ ਨੇ ਗੁੰਡਾਗਰਦੀ ਜਿਹੜੀ ਕੀਤੀ ਹੈ, ਆਪਾਂ ਸਾਰਿਆਂ ਨੇ ਉਹ ਵੀਡੀਓ ਦੇਖੀ ਹੈ ਕਿ ਉਹ ਜਿਸ ਬੰਦੇ ਦੇ ਉੱਪਰ ਅਟੈਕ ਕੀਤਾ ਗਿਆ ਉਹ ਖਾਲਸਾ ਵੀ ਸਜਿਆ ਹੋਇਆ ਸੀ, ਉਹਨੇ ਬਾਣਾ ਵੀ ਪਾਇਆ ਹੋਇਆ ਸੀ, ਉਹ ਬਾਣੀ ਵੀ ਪੜ੍ਹਦਾ ਸੀ ਕਿਉਂਕਿ ਉਸਨੇ ਅੰਮ੍ਰਿਤ ਛਕਿਆ ਹੋਇਆ ਸੀ, ਚੱਲਿਆ ਵੀ ਦਰਬਾਰ ਸਾਹਿਬ ਹੈ। ਦੇਖੋ ਹੁਣ ਉਹਨੂੰ ਪੁੱਛ ਕੇ ਦੇਖੋ ਕਿ ਭਾਈ ਖਾਲਿਸਤਾਨ ਚਾਹੀਦਾ ਜਾਂ ਨਹੀਂ ਚਾਹੀਦਾ, ਜਿਹੜੇ ਇਹ ਲੋਕ ਡੈਫੀਨੇਸ਼ਨਾਂ ਦਿੰਦੇ ਆ ਨਾ ਕਿ ਸਾਨੂੰ ਖਾਲਿਸਤਾਨ ਦੀ ਲੋੜ ਨਹੀਂ ਹੈ, ਇਹ ਉਹਨਾਂ ਵਾਸਤੇ ਇੱਕ ਸਵਾਲ ਦਾ ਆਨਸਰ ਹੈ ਕਿ ਉਹ ਬੰਦਾ ਖਾਲਸਾ ਵੀ ਸਜਿਆ ਹੋਇਆ, ਬਾਣੀ ਵੀ ਪੜ੍ਹਦਾ ਹੈ, ਪੜ੍ਹਨ ਵੀ ਬਾਣੀ ਚੱਲਿਆ, ਪਰ ਉਹਦੇ ਉੱਪਰ ਫਿਰ ਵੀ ਅਟੈਕ ਹੈ। ਗੱਲ ਇੱਕ ਹੋਰ ਹੈ, ਉਸ ਗੱਲ ਨੂੰ ਤੇ ਬੜੀ ਇਸ ਤਰ੍ਹਾਂ ਦੱਬਿਆ ਜਾ ਰਿਹਾ ਵੀ ਜਿੱਦਾਂ ਉਹ ਗੱਲ ਹੋਈ ਨੀ ਹੁੰਦੀ। ਬਿਲਕੁਲ, ਮੈਂ ਦੇਖੋ ਜੀ ਆਪਣਾ ਵਾਇਸ ਆਫ ਖਾਲਸਾ ਰੇਡੀਓ ਜਿਹੜਾ ਚੱਲਦਾ ਹੈ ਯੂਐਸਏ ਦੇ, ਕੱਲ ਹੀ ਸਾਡੀ ਗੱਲਬਾਤ ਚੱਲਦੀ ਸੀ ਉੱਥੇ, ਇਸ ਗੱਲਬਾਤ ਤੇ ਅਸੀਂ ਗੱਲਬਾਤ ਕੀਤੀ ਹੈ ਕਿ ਜਦੋਂ ਇੱਕ ਬੰਦੇ ਨੇ ਬਾਦਲ ਦੇ ਉੱਪਰ ਜੁੱਤੀ ਸਿੱਟੀ ਸੀ ਤਾਂ ਆਮ ਆਦਮੀ ਪਾਰਟੀ ਦਾ ਆਮ ਤੋਂ ਲੈ ਕੇ ਖਾਸ ਤੱਕ, ਏ ਤੋਂ ਲੈ ਕੇ ਜੈਡ ਤੱਕ, ਉਹਦੇ ਤੋਂ ਲੈ ਕੇ ਸਾਰਾ ਸਿਰੇ ਤੱਕ ਹਰ ਲੀਡਰ ਦੇ ਬਿਆਨ ਆ ਗਏ ਸੀ। ਪਰ ਉਹਨੇ ਇੱਕ ਮੁਹਿੰਮ ਖੜੀ ਕਰ ਦਿੱਤੀ ਸੀ, ਮੈਂ ਹੂੰ ਵਿਕਰਮ, ਮੈਂ ਹੂੰ ਵਿਕਰਮ, ਔਰ ਸੋਸ਼ਲ If you're ready, we're going on.